ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਇਸ ਤਰ੍ਹਾਂ ਸੀ ਜੀ, ਸਾਡੇ ਇਹ ਆਪਣੇ ਗੁਰਵਿੰਦਰ ਸਿੰਘ ਉਰਫ ਸਚਿਨ, ਸਨ ਆਫ ਕੁਲਦੀਪ ਸਿੰਘ, ਗੁਰੂ ਕੇ ਵਡਾਲੀ ਪਿੰਡ ਦਾ ਰਹਿਣ ਵਾਲਾ ਵਾ। ਏਜ ਇਹਦੀ 26 ਸਾਲ ਹੈਗੀ ਆ। ਇਹ ਆਪਣੇ ਐਕਟਿਵਾ ਦੇ ਵਿੱਚ ਸਮਾਨ ਲੈ ਕੇ, ਹੀਰੋਇਨ ਲੈ ਕੇ ਵੇਚਣ ਆਇਆ ਸੀ ਅਤੇ ਸਾਡੇ ਮੁਲਾਜ਼ਮਾਂ ਦੇ ਸੋਰਸ ਨੇ ਦੱਸਿਆ ਕਿ ਇਹ ਬੰਦਾ ਪਹਿਲਾਂ ਵੀ ਖਰੀਦਣ ਵੇਚਣ ਦਾ ਕੰਮ ਕਰਦਾ ਵਾ ਅਤੇ ਇਹਦੇ 'ਤੇ ਪਹਿਲਾਂ ਵੀ ਆਲਰੇਡੀ ਐਫ ਆਈ ਆਰ ਦਰਜ ਹੈਗੀ ਵਾ, ਜਿਸ ਆਧਾਰ 'ਤੇ ਸਾਡੀ ਜਿਹੜੀ ਆਪਰੇਸ਼ਨ ਟੀਮ ਸੀ ਉਹਨਾਂ ਨੇ ਇਹਨੂੰ ਡਿਟੇਨ ਕੀਤਾ ਅਤੇ ਏ ਆਈ ਜੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ। ਏ ਆਈ ਜੀ ਸਾਹਿਬ ਨੇ ਗਾਹ ਮੇਰੀ ਡਿਊਟੀ ਲਾਈ ਐਜ਼ ਏ ਤਪੀਸੀ ਅਫਸਰ, ਅਤੇ ਮੈਂ ਇੱਥੇ ਜਦੋਂ ਪਹੁੰਚਿਆ ਅਤੇ ਮੈਂ ਇਹਨੂੰ ਰੂਲ ਮੁਤਾਬਕ ਦੱਸਿਆ ਕਿ ਤੂੰ ਇਹ ਤਲਾਸ਼ੀ ਜਿਹੜੀ ਹੈਗੀ ਮੈਨੂੰ ਦੇਣੀ ਚਾਹੁੰਦਾ ਵਾ, ਮੈਨੂੰ ਸ਼ੱਕ ਵਾ ਕਿ ਤੇਰੇ ਕੋਲ ਨਸ਼ੀਲਾ ਪਦਾਰਥ ਵਾ, ਅਤੇ ਜਾਂ ਤੂੰ ਕਿਸੇ ਸੀਨੀਅਰ ਅਫਸਰ ਨੂੰ ਦੇਣੀ ਚਾਹੁੰਦਾ ਵਾ। ਇਹਨੇ ਕਿਹਾ ਕਿ ਮੈਂ ਤੁਹਾਨੂੰ ਤਲਾਸ਼ੀ ਨਹੀਂ ਦੇਣੀ, ਮੈਂ ਕਿਸੇ ਸੀਨੀਅਰ ਅਫਸਰ ਨੂੰ ਦੇਣੀ, ਗਸਤਖਤ ਅਫਸਰ ਨੂੰ, ਜਿਸ ਆਧਾਰ 'ਤੇ ਫਿਰ ਮੈਂ ਕਾਲ ਕਰਕੇ DSP ਸਰਦਾਰ ਇੰਦਰਜੀਤ ਸਿੰਘ PPS STF ਜਲੰਧਰ ਜੀ ਨੂੰ ਕਾਲ ਕੀਤੀ, ਜੋ ਮੌਕੇ 'ਤੇ ਆ ਗਏ। ਗੁਰਦਾਸਪੁਰ ਦੇ ਵਿੱਚ ਇੱਕ ਇੱਥੇ ਛਿਆਟੇ ਥਾਣੇ ਦੇ ਵਿੱਚ 5 ਪਤਾ ਨਹੀਂ 10 ਗ੍ਰਾਮ ਦੀ ਦਰਜ ਵਾ, ਲੇਕਿਨ ਸ਼ੋਹਰ ਨਹੀਂ ਦੱਸ ਰਿਹਾ, ਕਹਿੰਦਾ ਮੈਨੂੰ ਵੀ ਨਹੀਂ ਪਤਾ ਕਿ 5 ਗ੍ਰਾਮ ਦੀ ਆ ਜਾਂ 10 ਗ੍ਰਾਮ ਦੀ ਆ। ਲੇਕਿਨ ਕੰਮ ਜਿਹੜਾ 3-4 ਸਾਲ ਤੋਂ ਇਹ ਨਾ ਛੋਟੇ ਲੈਵਲ ਤੇ, ਕਹਿੰਦਾ ਮੈਂ ਪਹਿਲਾਂ ਕੰਮ ਕਰਦਾ ਸੀ 5, 10, 20, 50, 100 ਗ੍ਰਾਮ ਤੱਕ, ਆ ਜਿਹੜਾ ਮੋਟਾ ਕੰਮ ਕਹਿੰਦਾ ਹੁਣ ਹੀ ਸ਼ੁਰੂ ਕੀਤਾ ਪਿਛਲੇ ਮਹੀਨੇ ਤੋਂ ਹੀ। ਹੁਣ ਇੱਥੇ ਐਫ ਆਈ ਆਰ ਦਰਜ ਕਰਕੇ ਇਹਨੂੰ ਕੱਲ੍ਹ ਨੂੰ 24 ਆਵਰ ਦੇ ਵਿੱਚ ਇੱਥੇ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਜੀ ਆਪਾਂ, ਪੁਲਿਸ ਰਿਮਾਂਡ, ਫਿਰ ਇਹਦੇ ਕੋਲੋਂ ਪੁੱਛ ਗਿੱਛ ਕਰਾਂਗੇ ਜੀ ਕਿ ਸਮਾਨ ਕਿੱਥੋਂ ਲੈ ਕੇ ਆਉਂਦਾ ਅਤੇ ਕਿੱਥੇ ਭੇਜਦਾ ਵਾ ਅਤੇ ਇਹਦੇ ਹੋਰ ਕਿਹੜੇ ਕਿਹੜੇ ਡਰੱਗ ਟ੍ਰਸਟਰਾਂ ਦੇ ਨਾਲ ਲਿੰਕ ਹੈਗੇ ਆ, ਬੈਕਵਰਡ ਫਾਰਵਰਡ ਲਿੰਕ ਇਹਦੇ ਕੋਲ ਕਰਕੇ, ਅਤੇ ਫਿਰ ਨੈਕਸਟ ਜਿਹੜੀ ਕਾਰਵਾਈ ਹੋਊਗੀ ਜ਼ਾਬਤੇ ਮੁਤਾਬਕ ਉਹ ਆਪਾਂ ਕਰਾਂਗੇ, ਅਤੇ ਨਾਲ ਨਾਲ ਮੀਡੀਆ ਨੂੰ ਵੀ ਆਪਾਂ ਜਾਣਕਾਰੀ ਦਿੰਦੇ ਰਹਾਂਗੇ। ਕਿਸ ਗੱਡੀ 'ਤੇ ਸਵਾਰ ਸੀਗਾ ਜੀ? ਹਾਂਜੀ ਹਾਂਜੀ, ਐਕਟਿਵਾ ਸੀ ਇਹਦੇ ਕੋਲ ਜੀ।